ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਾਡੇ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀ ਦੋਸਤ ਮਿੱਤਰ ਚੈਨਲ ਦੇ ਉੱਪਰ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ। ਸੋ ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੀ ਕੈਜੂਅਲ ਲੀਵ ਦੇ ਬਾਰੇ ਅਤੇ LTC ਦੇ ਬਾਰੇ, ਲੀਵ ਟਰੈਵਲ ਕਨਸੈਸ਼ਨ ਦੇ ਬਾਰੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਰਨ ਲੀਵ ਦੇ ਬਾਰੇ, ਜਿਹਨੂੰ ਆਪਾਂ ਕਹਿ ਦੇਣਾ ਜੀ ਕਮਾਈ ਛੁੱਟੀ। ਕਮਾਈ ਛੁੱਟੀ ਦੇ ਬਾਰੇ ਗੱਲ ਕਰਾਂਗੇ ਆਪਾਂ, ਕਿੰਨੀਆਂ ਜਿਹੜੀਆਂ ਛੁੱਟੀਆਂ ਨੇ ਤੁਹਾਨੂੰ ਇਹ ਸਾਰੀ ਸਰਵਿਸ ਦੇ ਵਿੱਚ ਮਿਲਦੀਆਂ ਨੇ, ਠੀਕ ਹੈ ਜੀ। ਜਿਹੜੀ ਕਮਾਈ ਛੁੱਟੀ ਹੈਗੀ ਹੈ, ਠੀਕ ਹੈ, ਜਿਹੜੇ ਗੌਰਮੈਂਟ ਇੰਪਲੋਈ ਨੇ ਸਾਰੇ ਡਿਪਾਰਟਮੈਂਟ ਦੇ ਵਿੱਚ, ਸਾਰਿਆਂ ਨੂੰ ਜਿਹੜੀ ਇਹ ਕਮਾਈ ਛੁੱਟੀ ਉਹ ਮਿਲਦੀ ਹੈਗੀ, ਠੀਕ ਹੈ ਜੀ। ਜਿਹੜੀ ਆਪਣੀ ਸਾਰੀ ਕਮਾਈ ਛੁੱਟੀ ਆਪਾਂ ਇੱਕ ਟਾਈਮ 'ਤੇ ਲੈ ਸਕਦੇ ਹਾਂ, ਜਿੰਨੀ ਵੀ ਆਪਣੇ ਖਾਤੇ ਦੇ ਵਿੱਚ ਕਮਾਈ ਛੁੱਟੀ ਪਈ ਹੈ, ਬਚਦੀ ਹੈ, ਉਹ ਸਾਰੀ ਦੀ ਸਾਰੀ ਆਪਾਂ ਇੱਕੋ ਟਾਈਮ 'ਤੇ ਲੈ ਸਕਦੇ ਹਾਂ। ਜਿਹੜੀ ਇਹ ਛੁੱਟੀ ਹੈ, ਇਹਦੀ ਜਿਹੜੀ ਤਨਖਾਹ ਨਹੀਂ ਕੱਟੀ ਜਾਂਦੀ, ਸਗੋਂ ਇਹਦੀ ਤਨਖਾਹ ਜਿਹੜੀ ਹੈ ਤੁਹਾਨੂੰ ਮਿਲਦੀ ਹੈਗੀ, ਠੀਕ ਹੈ। ਤਨਖਾਹ ਤੁਹਾਨੂੰ ਕਿਵੇਂ ਮਿਲਦੀ ਹੈ ਜੇ ਦੇਖਣਾ ਤਾਂ ਸਾਰੀ ਵੀਡੀਓ ਨੂੰ ਕਿ ਐਂਡ ਤੱਕ ਜ਼ਰੂਰ ਦੇਖਣਾ। ਇਹ ਛੁੱਟੀ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੁੰਦੀ ਹੈਗੀ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਕਿੰਨੀਆਂ ਛੁੱਟੀਆਂ ਜਿਹੜੀਆਂ ਮਿਲਦੀਆਂ ਨੇ ਕਮਾਈ ਛੁੱਟੀ ਹੈ। ਜੇ ਆਪਾਂ ਗੱਲ ਕਰੀਏ ORs ਦੀ, ਠੀਕ ਹੈ, ORs ਦੇ ਵਿੱਚ ਆ ਗਏ ਆਪਣੇ ਕੌਂਸਟੇਬਲ ਅਤੇ ਹੈੱਡ ਕੌਂਸਟੇਬਲ। ਜੇਕਰ ਤੁਹਾਡੀ ਸਰਵਿਸ 10 ਸਾਲ ਤੱਕ ਹੈ, 10 ਸਾਲ ਤੱਕ ਤੁਹਾਨੂੰ ਜਿਹੜੀਆਂ ਛੁੱਟੀਆਂ ਨੇ 15 ਛੁੱਟੀਆਂ ਮਿਲ ਜਾਂਦੀਆਂ 1 ਸਾਲ ਦੀਆਂ, ਜਾਣੀ ਕਿ ਹਰੇਕ 24 ਦਿਨਾਂ ਬਾਅਦ, ਹਰ 24 ਦਿਨਾਂ ਬਾਅਦ ਇੱਕ ਛੁੱਟੀ ਜਿਹੜੀ ਤੁਹਾਡੇ ਖਾਤੇ 'ਚ ਜਿਹੜੀ ਹੈ ਐਡ ਹੁੰਦੀ ਜਾਵੇਗੀ, ਠੀਕ ਹੈ ਜੀ। 48 ਦਿਨ ਹੋ ਗਏ ਤਾਂ ਤੁਹਾਡੇ ਖਾਤੇ 'ਚ 2 ਛੁੱਟੀਆਂ ਐਡ ਹੋ ਜਾਣਗੀਆਂ। ਇੱਦਾਂ ਹੀ ਹਰ ਇੱਕ 24 ਦਿਨ ਬਾਅਦ ਇੱਕ ਛੁੱਟੀ ਜਿਹੜੀ ਤੁਹਾਡੇ ਖਾਤੇ 'ਚ ਐਡ ਹੁੰਦੀ ਜਾਵੇਗੀ, ਅਤੇ 1 ਸਾਲ ਦੇ ਵਿੱਚ ਜਿਹੜੀਆਂ 15 ਛੁੱਟੀਆਂ ਤੁਹਾਡੇ ਖਾਤੇ 'ਚ ਇਹ ਐਡ ਹੋ ਜਾਣਗੀਆਂ, ਜੇਕਰ ਤੁਹਾਡੀ ਸਰਵਿਸ ਕੀ ਹੈ 10 ਸਾਲ ਤੱਕ ਹੈ। ਜੇਕਰ ਤੁਹਾਡੀ ਸਰਵਿਸ 20 ਸਾਲ ਤੱਕ ਹੈ ਤਾਂ ਤੁਹਾਨੂੰ ਸਾਲ ਦੀਆਂ ਮਿਲਦੀਆਂ ਨੇ 20 ਛੁੱਟੀਆਂ, ਠੀਕ ਹੈ ਜੀ। ਹਰ ਇੱਕ 18 ਦਿਨ ਬਾਅਦ ਇੱਕ ਛੁੱਟੀ ਹੈ ਜਿਹੜੀ ਇਹ ਐਡ ਹੁੰਦੀ ਜਾਵੇਗੀ, ਠੀਕ ਹੈ। ਮੰਨ ਲਓ ਤੁਹਾਡੀ ਇਹ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਸਾਲ ਦੇ ਸ਼ੁਰੂ ਦੇ ਵਿੱਚ ਹੀ 20 ਛੁੱਟੀਆਂ ਮਿਲ ਗਈਆਂ, ਇਹ ਐਡ ਹੋਊਗੀ 18 ਦਿਨ ਬਾਅਦ, ਹਰੇਕ 18 ਦਿਨ ਬਾਅਦ ਇੱਕ ਛੁੱਟੀ ਐਡ ਹੋ ਜੂਗੀ, ਠੀਕ ਹੈ। ਜੇ 36 ਦਿਨ ਹੋ ਗਏ ਤਾਂ 2 ਛੁੱਟੀਆਂ ਐਡ ਹੋ ਜਾਣਗੀਆਂ। ਜੇਕਰ ਤੁਹਾਡੀ ਸਰਵਿਸ ਕੀ ਹੈ 20 ਸਾਲ ਤੱਕ ਹੈ ਤਾਂ ਸਾਲ ਦੀਆਂ ਕੁੱਲ ਛੁੱਟੀਆਂ ਬਣਦੀਆਂ ਨੇ ਇਹ 20 ਛੁੱਟੀਆਂ ਬਣਦੀਆਂ ਨੇ ਜੇ ਤੁਹਾਡੀ ਸਰਵਿਸ 20 ਸਾਲ ਤੱਕ ਹੈ। ਜੇ ਤੁਹਾਡੀ ਸਰਵਿਸ 20 ਸਾਲ ਤੋਂ ਉੱਪਰ ਹੈ ਤਾਂ ਹਰ ਇੱਕ 12 ਦਿਨ ਬਾਅਦ ਇੱਕ ਛੁੱਟੀ ਤੁਹਾਡੇ ਖਾਤੇ 'ਚ ਐਡ ਹੋ ਜੂਗੀ, ਠੀਕ ਹੈ। 12 ਦਿਨ ਬਾਅਦ ਇੱਕ ਛੁੱਟੀ ਐਡ ਹੋਊਗੀ, 24 ਦਿਨ ਬਾਅਦ 2 ਛੁੱਟੀਆਂ ਐਡ ਹੋਊਗੀਆਂ, ਇਕੱਠੀਆਂ ਨਹੀਂ ਮਿਲਦੀਆਂ ਇਹ, ਠੀਕ ਹੈ, ਐਡ ਹੁੰਦੀਆਂ ਨੇ ਦਿਨਾਂ ਦੇ ਹਿਸਾਬ ਨਾਲ ਇਹ। ਤਾਂ ਜੇਕਰ ਤੁਹਾਡੀ ਸਰਵਿਸ 20 ਸਾਲ ਤੋਂ ਉੱਪਰ ਹੈ ਤਾਂ ਤੁਹਾਨੂੰ ਜਿਹੜੀਆਂ 30 ਛੁੱਟੀਆਂ ਮਿਲਣਗੀਆਂ ਇਹ, ਠੀਕ ਹੈ ਜੀ, 1 ਸਾਲ ਦੀਆਂ। ਜੇ 10 ਸਾਲ ਤੱਕ ਹੈ ਤੁਹਾਡੀ ਸਰਵਿਸ ਤਾਂ 15 ਹੋ ਗਈਆਂ, ਠੀਕ ਹੈ। ਜੇ ਤੁਹਾਡੀ ਸਰਵਿਸ 20 ਸਾਲ ਤੱਕ ਹੈ ਤਾਂ 20 ਛੁੱਟੀਆਂ ਮਿਲਣਗੀਆਂ। ਜੇ ਤੁਹਾਡੀ ਸਰਵਿਸ 20 ਸਾਲ ਤੋਂ ਉੱਪਰ ਹੈ ਤਾਂ ਤੁਹਾਨੂੰ ਮਿਲਣਗੀਆਂ ਜੀ ਇਹ 30 ਛੁੱਟੀਆਂ। ਜੇ ਆਪਾਂ ਗੱਲ ਕਰੀਏ NGO ਦੀ, NGO ਦੇ ਵਿੱਚ ਆਪਣੇ ਆ ਗਏ ASI, ਠੀਕ ਹੈ ਜੀ, ਸਬ ਇੰਸਪੈਕਟਰ ਅਤੇ ਇੰਸਪੈਕਟਰ, ਉਹਨਾਂ ਦਾ ਵੀ ਸੇਮ ਹੈ ਬਿਲਕੁਲ, ਉਹਨਾਂ ਨੂੰ ਵੀ ਛੁੱਟੀਆਂ ਜਿਹੜੀਆਂ ਸੇਮ ਹੀ ਮਿਲਦੀਆਂ ਨੇ, ਠੀਕ ਹੈ। ਜੇ ਆਪਾਂ ਗਜ਼ਟਡ ਅਫਸਰ ਦੀ ਗੱਲ ਕਰੀਏ, DSP ਤੋਂ ਉੱਪਰ ਤੱਕ ਜਿੰਨੇ ਵੀ ਅਫਸਰ, ਉਹਨਾਂ ਨੂੰ ਵੀ ਜਿਹੜੀਆਂ ਛੁੱਟੀਆਂ ਨੇ ਇਹ ਸੇਮ ਹੀ ਮਿਲਦੀਆਂ ਨੇ। ਜਿਹੜੀ ਕਮਾਈ ਛੁੱਟੀ ਹੈ ਸਾਰਿਆਂ ਲਈ ਕੀ ਹੈ, ਸੇਮ ਹੈ ਇਹ। ਜਿਹੜੀਆਂ ਛੁੱਟੀਆਂ ਨੇ ਸਿਰਫ ਕੀ ਹੈ, ਗੌਰਮੈਂਟ ਇੰਪਲੋਈ ਨੂੰ ਮਿਲਦੀਆਂ ਨੇ, ਅਤੇ ਤੁਹਾਡੇ ਖਾਤੇ ਦੇ ਵਿੱਚ ਜਿੰਨੀ ਕਮਾਈ ਛੁੱਟੀ ਪਈ ਹੈਗੀ, ਠੀਕ ਹੈ, ਉਹ ਸਾਰੀ ਛੁੱਟੀ ਤੁਸੀਂ ਇੱਕ ਟਾਈਮ 'ਤੇ ਹੀ ਲੈ ਸਕਦੇ ਹੋ। ਪਰ ਇਹ ਡਿਪੈਂਡ ਕਰਦਾ ਜਿਹੜੇ ਆਪਣੇ ਉੱਪਰ ਅਧਿਕਾਰੀ ਲੱਗੇ ਹੋਏ ਨੇ ਜਿਨ੍ਹਾਂ ਨੂੰ ਆਪਣੇ ਛੁੱਟੀ ਅਪਲਾਈ ਕਰਨੀ ਹੈ, ਠੀਕ ਹੈ, ਉਹਨਾਂ ਦੇ ਸਾਰਿਆਂ ਉਹ ਛੁੱਟੀ ਮਨਜ਼ੂਰ ਕਰ ਵੀ ਸਕਦਾ ਜਾਂ ਨਹੀਂ ਵੀ ਕਰ ਸਕਦੇ, ਠੀਕ ਹੈ ਜੀ। ਠੀਕ ਹੈ, ਇਹ ਤਾਂ ਆਪਾਂ, ਇਹ ਉਹਨਾਂ ਦੇ ਅਫਸਰਾਂ ਦੇ ਉੱਪਰ ਹੈ ਕਿ ਉਹ ਛੁੱਟੀ ਜਿਹੜੀ ਸਾਰੀ ਆਪਣੀ, ਮਤਲਬ ਛੁੱਟੀ ਘਟਾ ਵੀ ਸਕਦੇ ਹੋ ਜਿੰਨੀ ਆਪਾਂ ਛੁੱਟੀ ਅਪਲਾਈ ਕੀਤੀ ਹੈਗੀ, ਠੀਕ ਹੈ, ਛੁੱਟੀ ਮਨਜ਼ੂਰ ਹੋ ਜਾਂਦੀ ਹੈਗੀ। ਪਹਿਲਾਂ ਕੀ ਸੀ, ਪਹਿਲਾਂ ਟਾਈਮ ਦੇ ਵਿੱਚ ਛੁੱਟੀ ਹੈ ਜਿਹੜੀ ਇਹ 120 ਦਿਨ ਦੀ ਜਮ੍ਹਾਂ ਹੁੰਦੀ ਸੀ ਖਾਤੇ ਵਿੱਚ। ਇਹ ਛੁੱਟੀਆਂ ਜਮ੍ਹਾਂ ਹੁੰਦੀਆਂ ਨੇ ਆਪਣੇ ਖਾਤੇ ਦੇ ਵਿੱਚ। ਜਮ੍ਹਾਂ ਕਿੱਦਾਂ ਹੁੰਦੀਆਂ ਨੇ, ਮੰਨ ਲਓ ਤੁਹਾਡੀ ਰਿਟਾਇਰਮੈਂਟ ਹੈ, ਠੀਕ ਹੈ, ਰਿਟਾਇਰਮੈਂਟ ਤੱਕ ਤੁਹਾਡੇ ਖਾਤੇ ਦੇ ਵਿੱਚ ਜੇ ਵੱਧ ਤੋਂ ਵੱਧ ਜਿਹੜੀਆਂ ਛੁੱਟੀਆਂ ਨੇ, ਠੀਕ ਹੈ, 450 ਛੁੱਟੀਆਂ ਜਿਹੜੀ ਜਮ੍ਹਾਂ ਹੋਊਗੀ। ਜੇ 450 ਤੋਂ ਜ਼ਿਆਦਾ ਛੁੱਟੀਆਂ ਪਈਆਂ ਨੇ, 500 ਰੁਪਈਆ, 600 ਰੁਪਈਆ, ਤਾਂ ਸਾਰੀਆਂ ਨਹੀਂ ਜਮ੍ਹਾਂ ਹੁੰਦੀਆਂ, ਠੀਕ ਹੈ। ਵੱਧ ਤੋਂ ਵੱਧ 450 ਛੁੱਟੀਆਂ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੁੰਦੀਆਂ, ਅਤੇ ਉਹਨਾਂ ਦੇ ਜਿਹੜੀ ਤਨਖਾਹ ਹੈ ਤੁਹਾਨੂੰ ਉਹ ਛੁੱਟੀਆਂ ਦੀ ਮਿਲਦੀ ਹੈਗੀ, ਠੀਕ ਹੈ ਜੀ। ਜੇਕਰ ਤੁਹਾਡੇ ਖਾਤੇ ਦੇ ਵਿੱਚ ਘੱਟ ਛੁੱਟੀਆਂ ਨੇ, ਠੀਕ ਹੈ, 200-300 ਤਾਂ ਉਹ ਜਮ੍ਹਾਂ ਹੋ ਜਾਣਗੀਆਂ। ਜੇ 500 ਛੁੱਟੀ ਪਈ ਤਾਂ 450 ਜਮ੍ਹਾਂ ਹੋਊ, ਠੀਕ ਹੈ।
ਉਮੀਦ ਕਰਦਾ ਤੁਹਾਨੂੰ ਗੱਲ ਸਮਝ ਲੱਗ ਗਈ ਹੋਵੇਗੀ। 450 ਜਿਹੜੀਆਂ ਛੁੱਟੀ ਆ ਉਹ ਤੁਹਾਡੇ ਖਾਤੇ ਦੇ ਵਿੱਚ ਜਦੋਂ ਤੁਹਾਡੀ ਰਿਟਾਇਰਮੈਂਟ ਹੋਣੀ ਹੈ ਤਾਂ ਤੁਸੀਂ ਇਹ ਛੁੱਟੀ ਜਮ੍ਹਾਂ ਕਰਵਾ ਸਕਦੇ ਹੋ ਅਤੇ ਇਹਨਾਂ ਛੁੱਟੀਆਂ ਦੀ ਜਿਹੜੀ ਤਨਖਾਹ ਹੈ ਉਹ ਤੁਹਾਨੂੰ ਮਿਲੇਗੀ। ਇਹ ਛੁੱਟੀਆਂ ਤੁਸੀਂ ਇੱਕ ਦਿਨ ਦੀ ਵੀ ਲੈ ਸਕਦੇ ਹੋ, ਦੋ ਦਿਨ ਦੀ ਵੀ ਲੈ ਸਕਦੇ ਹੋ, ਠੀਕ ਹੈ, ਤਿੰਨ ਦਿਨ ਦੀ ਵੀ, ਜਿੰਨੇ ਵੀ ਦਿਨ ਦੀ ਤੁਹਾਨੂੰ ਚਾਹੀਦਾ ਉਨੇ ਦਿਨ ਦੀ ਜਿਹੜੀਆਂ ਛੁੱਟੀਆਂ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ। ਜੇ ਤੁਸੀਂ ਟ੍ਰੇਨਿੰਗ 'ਤੇ ਗਏ ਹੋ ਤਾਂ ਟ੍ਰੇਨਿੰਗ 'ਤੇ ਇਹ ਛੁੱਟੀ ਹੈ ਜਿਹੜੀ ਉਹ ਅਪਲਾਈ ਨਹੀਂ ਕਰ ਸਕਦੇ, ਠੀਕ ਹੈ। ਜੇਕਰ ਤੁਹਾਡਾ ਪ੍ਰੋਵਿਸ਼ਨ ਪੀਰੀਅਡ ਚੱਲਦਾ ਤਾਂ ਪ੍ਰੋਵਿਸ਼ਨ ਪੀਰੀਅਡ ਦੇ ਦੌਰਾਨ ਵੀ ਤੁਸੀਂ ਜਿਹੜੀ ਇਹ ਛੁੱਟੀ ਹੈਗੀ ਉਹ ਅਪਲਾਈ ਕਰ ਸਕਦੇ ਹੋ, ਠੀਕ ਹੈ। ਇਹਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਤਨਖਾਹ ਉਹ ਨਹੀਂ ਕੱਟੀ ਜਾਂਦੀ। ਪਹਿਲਾਂ ਇਹ ਛੁੱਟੀ ਨੂੰ ਲੈ ਕੇ ਜਿਹੜੇ ਸਰਕਾਰ ਦੇ ਨਿਯਮ ਕੁਛ ਹੋਰ ਸੀ। ਪਹਿਲਾਂ ਕੀ ਹੈ ਕਿ 120 ਦਿਨ ਦੀ ਛੁੱਟੀ ਜਮ੍ਹਾਂ ਹੋ ਸਕਦੀ ਸੀ, ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇ ਸਕਦੇ ਹੋ, ਠੀਕ ਹੈ ਜੀ। 120 ਦਿਨ ਦੀ ਛੁੱਟੀ ਹੀ ਆਪਾਂ ਜਿਹੜੀ ਆਪਾਂ ਜਮ੍ਹਾਂ ਕਰਵਾ ਸਕਦੇ ਸੀ। ਫਿਰ 120 ਤੋਂ ਕੀ ਹੈ 180 ਦਿਨ ਕਰ ਦਿੱਤਾ ਗਿਆ, 180 ਦਿਨ ਦੀ ਛੁੱਟੀ ਆਪਾਂ ਜਮ੍ਹਾਂ ਕਰਵਾ ਸਕਦੇ ਸੀ। ਫਿਰ 180 ਤੋਂ ਬਾਅਦ ਇਹ 360 ਦਿਨ ਦੀ ਆਪਾਂ ਛੁੱਟੀ ਜਿਹੜੀ ਜਮ੍ਹਾਂ ਕਰਵਾ ਸਕਦੇ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈ, ਸਰਕਾਰ ਵੱਲੋਂ ਕੀਤਾ ਗਿਆ ਜੀ 450 ਦਿਨ ਦੀ ਜਿਹੜੀ ਛੁੱਟੀ ਹੈ ਉਹ ਆਪਾਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ, ਠੀਕ ਹੈ। ਤੁਹਾਡੇ ਖਾਤੇ ਦੇ ਵਿੱਚ ਚਾਹੇ 600 ਰੁਪਈਆ ਛੁੱਟੀ, ਚਾਹੇ 650 ਰੁਪਈਆ, ਜਿੰਨੀ ਵੀ ਤੁਹਾਡੀ ਬਣਦੀ ਹੈ ਸਰਵੇ ਦੇ ਹਿਸਾਬ ਨਾਲ, ਸਿਰਫ 450 ਦਿਨ ਦੀ ਜਿਹੜੀ ਛੁੱਟੀ ਆ ਉਹ ਜਮ੍ਹਾਂ ਹੁੰਦੀ ਹੈਗੀ, ਠੀਕ ਹੈ, ਜੇਕਰ ਤੁਹਾਡੇ ਖਾਤੇ ਦੇ ਵਿੱਚ ਪਈ ਹੈ। ਇਹਨਾਂ ਛੁੱਟੀਆਂ ਨੂੰ ਤੁਸੀਂ ਕੱਟ ਵੀ ਸਕਦੇ ਹੋ ਜੇਕਰ ਚਾਹੋ ਤਾਂ, ਠੀਕ ਹੈ ਜੀ। ਜੇਕਰ ਤੁਸੀਂ ਇਹਨਾਂ ਛੁੱਟੀ ਕਮਾਈ ਛੁੱਟੀ ਨੂੰ ਜਮ੍ਹਾਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਇਹ ਛੁੱਟੀਆਂ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। ਆਪਣੀ ਸਰਵਿਸ ਦੇ ਦੌਰਾਨ ਜੇਕਰ ਤੁਸੀਂ ਇਹ ਛੁੱਟੀਆਂ ਨਹੀਂ ਕੱਟੀਆਂ ਤਾਂ ਤੁਸੀਂ ਇਹਨਾਂ ਛੁੱਟੀਆਂ ਦਾ ਜਿਹੜਾ ਫਾਇਦਾ ਉਹ ਜਮ੍ਹਾਂ ਕਰਵਾ ਕੇ ਕੀ ਹੈ ਇਹਨਾਂ ਛੁੱਟੀਆਂ ਦਾ ਫਾਇਦਾ ਲਿਆ ਜਾ ਸਕਦਾ, ਤੁਹਾਨੂੰ ਜਿਹੜੀ ਇਹਨਾਂ ਛੁੱਟੀਆਂ ਦੀ ਤਨਖਾਹ ਹੈਗੀ ਉਹ ਦਿੱਤੀ ਜਾਵੇਗੀ। ਅਤੇ ਇਹਨਾਂ ਛੁੱਟੀਆਂ ਨੂੰ ਅਪਲਾਈ ਕਰਨ ਦਾ ਤਰੀਕਾ ਸੇਮ ਹੀ ਹੈ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਗਿਆ, ਠੀਕ ਹੈ। ਜਿਹੜੇ ਵੀ ਤੁਹਾਡੇ ਅਫਸਰ ਸਾਹਿਬਾਨ ਨੇ ਔਨਲਾਈਨ ਜਿਹੜੀ ਛੁੱਟੀਆਂ ਤੁਸੀਂ ਅਪਲਾਈ ਕਰ ਸਕਦੇ ਹੋ IHRMS ID ਦੇ ਉੱਪਰ, ਠੀਕ ਹੈ ਜੀ। ਅਤੇ ਤੁਹਾਡੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਜਿਹੜੀ ਛੁੱਟੀ ਹੈ ਫੋਰਵਰਡ ਹੋ ਜੂਗੀ, ਉਹ ਹੀ ਕੀ ਹੈ ਛੁੱਟੀ ਨੂੰ ਕੀ ਹੈਗਾ ਇਹ ਮਨਜ਼ੂਰ ਕਰ ਸਕਦੇ ਹੈਗੇ। ਸੋ ਕਮਾਈ ਛੁੱਟੀ ਦੇ ਸੰਬੰਧ ਦੇ ਵਿੱਚ ਇਹ ਸਭ ਕੁਝ ਸੀਗਾ, ਠੀਕ ਹੈ ਜੀ। ਤੁਹਾਨੂੰ ਪਤਾ ਲੱਗ ਗਿਆ ਹੋਵੇ ਕਿੰਨੇ ਦਿਨ ਦੀ ਜਿਹੜੀ ਕਮਾਈ ਛੁੱਟੀ ਆਪਾਂ ਨੂੰ ਮਿਲਦੀ ਹੈ। ਜੇਕਰ ਤੁਸੀਂ ਕੈਜੂਅਲ ਲੀਵ ਬਾਰੇ ਨਹੀਂ ਦੇਖੀ, ਕੈਜੂਅਲ ਲੀਵ ਬਾਰੇ ਵੀਡੀਓ ਅਚਨਚੇਤ ਛੁੱਟੀ ਹੈ ਜਿਹੜੀ ਜਾਂ ਟਰੈਵਲ ਵਾਲੀ ਛੁੱਟੀ ਹੈ ਤਾਂ ਉਹ ਵੀਡੀਓ ਵੀ ਜਾ ਕੇ ਚੈਨਲ ਦੇ ਉੱਪਰ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਸੋ ਉਮੀਦ ਕਰਦੇ ਹਾਂ ਜਾਣਕਾਰੀ ਵਧੀਆ ਲੱਗੀ ਹੋਵੇਗੀ। ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਿਸਮ ਦੀ ਛੁੱਟੀ ਦੇ ਬਾਰੇ ਜਿਹੜੀ ਜਾਣਕਾਰੀ ਲੈ ਕੇ ਆਵਾਂਗੇ। ਉਮੀਦ ਕਰਦਾ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਸ਼ੇਅਰ